ਤੇ ਹੁਣ ਮੈਂ ਤੁਹਾਡੇ ਸਾਹਮਣੇ ਸਿਰਫ 2 ਸਾਲ ਦੀਆਂ ਪ੍ਰਾਪਤੀਆਂ ਦੇ ਨਾਂ ਤੇ ਵੋਟ ਮੰਗ ਰਿਹਾ ਕਿ 43,000 ਨੌਕਰੀਆਂ, 1 ਰੁਪਈਆ ਵੀ ਕੋਈ ਕਹਿ ਦੇ ਕਿ ਰਿਸ਼ਵਤ ਲੱਗੀ ਹੈ, 1 ਰੁਪਈਆ ਵੀ ਕਿ ਇੱਕ ਨੌਕਰੀ ਲੈਣ ਵਾਸਤੇ ਪਟਵਾਰੀ ਲੱਗ ਰਿਹਾ ਸਾਡੇ ਧੀਆਂ ਪੁੱਤ, ਇੰਸਪੈਕਟਰ ਬਣ ਰਿਹਾ ਸਾਡੇ ਧੀਆਂ ਪੁੱਤ, ਜੱਜ ਲੱਗ ਰਹੇ ਨੇ ਸਾਡੇ ਧੀਆਂ ਪੁੱਤ, SDO ਬਣ ਰਹੇ ਨੇ ਸਾਡੇ ਧੀਆਂ ਪੁੱਤ, ਉਹਦੀ ਡਿਗਰੀ ਮੁਤਾਬਕ ਉਹਨੂੰ ਕੰਮ ਮਿਲ ਰਿਹਾ। ਬਹੁਤ ਸਾਰੇ ਲੋਕ ਬਾਹਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਚੁੱਕੇ ਨੇ ਤੇ ਬਹੁਤ ਸਾਰੇ ਬਾਹਰੋਂ ਇੱਥੇ ਆ ਚੁੱਕੇ ਨੇ। ਤੁਸੀਂ ਵਾਪਸ ਆਏ ਕਿੱਥੋਂ ਆਏ ਜੀ? ਆ ਜਾਓ ਅੱਗੇ ਦੱਸ ਦਿਓ, ਇੰਗਲੈਂਡ ਤੋਂ ਆਏ ਹੋ, ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ? ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਆ ਕਿ ਉਹ ਜਿਹੜੇ ਰਹਿ ਗਏ ਨਾ ਉਹ ਵੀ ਵਾਪਸ ਆਉਣਗੇ, ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ। ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ? ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ। ਇਹ ਇਲਜ਼ਾਮ ਤੇ ਲੋਕੀ ਲਾਉਂਦੇ ਰਹਿੰਦੇ ਆ, ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ। ਦੇਖੋ ਆਹ ਪਿਆਰ ਹੈ, ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ, ਆਪਾਂ ਕੀ ਕਰਦੇ ਆ? ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ਹੀਦੀਆਂ ਪਾਈ ਗਏ, ਹੁਣ ਇੰਗਲੈਂਡ ਜਾਈ ਜਾਂਦੇ ਆ, ਉੱਥੇ ਤਰਸੀ ਜਾਂਦੇ ਆ। ਜੇ ਆਪਾਂ ਹੀ ਇੱਥੇ ਵਧੀਆ ਕਰ ਲਈਏ, ਕਿਤੇ ਜਾਣ ਦੀ ਲੋੜ ਨਹੀਂ, ਇਹਦੇ ਵਰਗੀ ਧਰਤੀ ਹੈ ਹੀ ਨਹੀਂ, ਪੰਜਾਬ ਵਰਗੀ ਧਰਤੀ ਕਿਤੇ ਦੁਨੀਆਂ 'ਚ ਹੈ ਨਹੀਂ। ਵੀਰੋ ਗੁਰੂਆਂ ਦੀ, ਪੀਰਾਂ ਦੀ, ਫਕੀਰਾਂ ਦੀ, ਦੇਵੀ ਦੇਵਤਿਆਂ ਦੀ ਧਰਤੀ ਹੈ, ਕੀ ਤੋੜ ਹੈ ਇੱਥੇ? ਸਿਰਫ ਤੇ ਸਿਰਫ ਚੰਗੀ ਨੀਤ ਵਾਲੇ ਲੀਡਰਾਂ ਦੀ ਘਾਟ ਸੀ, ਉਹ 22 'ਚ ਤੁਸੀਂ ਪੂਰੀ ਕਰਤੀ, ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਹੈ ਉਹ ਖਤਮ ਹੈ, ਸਾਡੀ ਜ਼ਿੰਮੇਵਾਰੀ ਸ਼ੁਰੂ ਹੈ, ਅਸੀਂ ਕਰ ਰਹੇ ਹਾਂ ਕੰਮ। ਵੀਰੋ 1 ਰੁਪਈਏ ਦਾ ਇਲਜ਼ਾਮ, 2.25 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ, ਨਹੀਂ ਤਾਂ ਹਜ਼ਾਰਾਂ ਕਰੋੜਾਂ ਕਮਾ ਲੈਂਦੇ, ਬਾਹਰ ਬੂਰ ਕੱਢ ਦਿੰਦੇ ਪੈਸੇ, ਦੁਬਈਆਂ ਕਰੀ ਪਤਾ ਨਹੀਂ ਕਿੱਥੇ। ਪਰ ਵੀਰੋ 1 ਰੁਪਈਏ ਦਾ ਕੋਈ ਇਲਜ਼ਾਮ ਲਾ ਦੇ ਕਿ ਭਗਵੰਤ ਮਾਨ ਨੇ 1 ਰੁਪਈਆ ਖਾਧਾ, ਸਮਝ ਲਓ ਰੁਪਈਆ ਨਹੀਂ ਹੈਗਾ, ਸਲਫਾਸ ਦੀ ਗੋਲੀ ਹੈ, ਮੈਂ ਇਹਨੂੰ ਸਲਫਾਸ ਦੀ ਗੋਲੀ ਦੇ ਬਰਾਬਰ ਕਹੂੰਗਾ। ਤੇ ਹੁਣ ਮੈਂ ਤੁਹਾਡੇ ਸਾਹਮਣੇ ਸਿਰਫ 2 ਸਾਲ ਦੀਆਂ ਪ੍ਰਾਪਤੀਆਂ ਦੇ ਨਾਂ ਤੇ ਵੋਟ ਮੰਗ ਰਿਹਾ ਕਿ 43,000 ਨੌਕਰੀਆਂ, 1 ਰੁਪਈਆ ਵੀ ਕੋਈ ਕਹਿ ਦੇ ਕਿ ਰਿਸ਼ਵਤ ਲੱਗੀ ਹੈ, 1 ਰੁਪਈਆ ਵੀ ਕਿ ਇੱਕ ਨੌਕਰੀ ਲੈਣ ਵਾਸਤੇ ਪਟਵਾਰੀ ਲੱਗ ਰਿਹਾ ਸਾਡੇ ਧੀਆਂ ਪੁੱਤ, ਇੰਸਪੈਕਟਰ ਬਣ ਰਿਹਾ ਸਾਡੇ ਧੀਆਂ ਪੁੱਤ, ਜੱਜ ਲੱਗ ਰਹੇ ਨੇ ਸਾਡੇ ਧੀਆਂ ਪੁੱਤ, SDO ਬਣ ਰਹੇ ਨੇ ਸਾਡੇ ਧੀਆਂ ਪੁੱਤ, ਉਹਦੀ ਡਿਗਰੀ ਮੁਤਾਬਕ ਉਹਨੂੰ ਕੰਮ ਮਿਲ ਰਿਹਾ। ਬਹੁਤ ਸਾਰੇ ਲੋਕ ਬਾਹਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਚੁੱਕੇ ਨੇ ਤੇ ਬਹੁਤ ਸਾਰੇ ਬਾਹਰੋਂ ਇੱਥੇ ਆ ਚੁੱਕੇ ਨੇ। ਤੁਸੀਂ ਵਾਪਸ ਆਏ ਕਿੱਥੋਂ ਆਏ ਜੀ? ਆ ਜਾਓ ਅੱਗੇ ਦੱਸ ਦਿਓ, ਇੰਗਲੈਂਡ ਤੋਂ ਆਏ ਹੋ, ਕੀ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਚਾਹੀਦਾ? ਤੁਹਾਡੀ ਲੀਡਰਸ਼ਿਪ ਦੇਖ ਕੇ ਲੱਗਦਾ ਆ ਕਿ ਉਹ ਜਿਹੜੇ ਰਹਿ ਗਏ ਨਾ ਉਹ ਵੀ ਵਾਪਸ ਆਉਣਗੇ, ਕਿਸੇ ਨੂੰ ਜਾਣ ਦੀ ਲੋੜ ਨਹੀਂ ਪੈਣੀ ਹੁਣ। ਕੋਈ ਕਿਸੇ ਕਿਸਮ ਦੀ ਦਿੱਕਤ ਤਾਂ ਨਹੀਂ ਇੱਥੇ? ਪੰਜਾਬ ਨੂੰ ਪਹਿਲੀ ਵਾਰੀ ਇੱਕ ਇਮਾਨਦਾਰ ਮੁੱਖ ਮੰਤਰੀ ਮਿਲਿਆ। ਇਹ ਇਲਜ਼ਾਮ ਤੇ ਲੋਕੀ ਲਾਉਂਦੇ ਰਹਿੰਦੇ ਆ, ਇਸ ਤੋਂ ਵਧੀਆ ਇਮਾਨਦਾਰ ਬੰਦਾ ਕੋਈ ਨਹੀਂ। ਦੇਖੋ ਆਹ ਪਿਆਰ ਹੈ, ਇਹ ਬੰਦਾ ਖੁਦ ਇੰਗਲੈਂਡ ਛੱਡ ਕੇ ਆਇਆ, ਆਪਾਂ ਕੀ ਕਰਦੇ ਆ? ਉਹ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਸ਼ਹੀਦੀਆਂ ਪਾਈ ਗਏ, ਹੁਣ ਇੰਗਲੈਂਡ ਜਾਈ ਜਾਂਦੇ ਆ, ਉੱਥੇ ਤਰਸੀ ਜਾਂਦੇ ਆ। ਜੇ ਆਪਾਂ ਹੀ ਇੱਥੇ ਵਧੀਆ ਕਰ ਲਈਏ, ਕਿਤੇ ਜਾਣ ਦੀ ਲੋੜ ਨਹੀਂ, ਇਹਦੇ ਵਰਗੀ ਧਰਤੀ ਹੈ ਹੀ ਨਹੀਂ, ਪੰਜਾਬ ਵਰਗੀ ਧਰਤੀ ਕਿਤੇ ਦੁਨੀਆਂ 'ਚ ਹੈ ਨਹੀਂ। ਵੀਰੋ ਗੁਰੂਆਂ ਦੀ, ਪੀਰਾਂ ਦੀ, ਫਕੀਰਾਂ ਦੀ, ਦੇਵੀ ਦੇਵਤਿਆਂ ਦੀ ਧਰਤੀ ਹੈ, ਕੀ ਤੋੜ ਹੈ ਇੱਥੇ? ਸਿਰਫ ਤੇ ਸਿਰਫ ਚੰਗੀ ਨੀਤ ਵਾਲੇ ਲੀਡਰਾਂ ਦੀ ਘਾਟ ਸੀ,
ਉਹ 22 ਚ ਤੁਸੀਂ ਪੂਰੀ ਕਰਤੀ, ਹੁਣ ਤੁਹਾਡਾ ਜਿਹੜਾ ਜ਼ਿੰਮੇਵਾਰੀ ਆ ਉਹ ਖਤਮ ਹੈ, ਸਾਡੀ ਜ਼ਿੰਮੇਵਾਰੀ ਸ਼ੁਰੂ ਹੈ, ਅਸੀਂ ਕਰ ਰਹੇ ਹਾਂ ਕੰਮ। ਵੀਰੋ, 1 ਰੁਪਈਏ ਦਾ ਇਲਜ਼ਾਮ, 2.5 ਸਾਲ ਹੋ ਗਏ ਮੁੱਖ ਮੰਤਰੀ ਬਣੇ ਨੂੰ, ਨਹੀਂ ਤਾਂ ਹਜ਼ਾਰਾਂ ਕਰੋੜਾਂ ਕਮਾ ਲੈਂਦੇ, ਬਾਹਰ ਬੂਰ ਕੱਢ ਦਿੰਦੇ ਪੈਸੇ, ਦੁਬਈਆਂ ਕਨੀ ਪਤਾ ਨਹੀਂ ਕਿੱਥੇ। ਪਰ ਵੀਰੋ, 1 ਰੁਪਈਏ ਦਾ ਕੋਈ ਇਲਜ਼ਾਮ ਲਾ ਦੇ ਕਿ ਭਗਵੰਤ ਮਾਨ ਨੇ 1 ਰੁਪਈਆ ਖਾਧਾ, ਸਮਝ ਲਓ ਰੁਪਈਆ ਨਹੀਂ ਹੈਗਾ, ਸਲਫਾਸ ਦੀ ਗੋਲੀ ਹੈ। ਮੈਂ ਇਹਨੂੰ ਸਲਫਾਸ ਦੀ ਗੋਲੀ ਦੇ ਬਰਾਬਰ ਕਹੂੰਗਾ।